ਮੇਰਾ ਨਾਮ ਨਰਿੰਦਰ ਕੌਰ ਚਲ ਪੁੱਛੋ ਹਾਂਜੀ ਮਾਤਾ ਜੀ ਜਿਹੜੀ ਕੱਲ ਪਿੰਡ ਦੇ ਵਿੱਚ ਗੋਲੀ ਚੱਲੀ ਆ ਉਹ ਕੀ ਪੂਰਾ ਮਾਮਲਾ ਹੈਗਾ ਸਾਬਕਾ ਸਰਪੰਚ ਦੇ ਘਰ ਉਹ ਤੇ ਇਹਨਾਂ ਨੇ ਲੋਕਾਂ ਦੇ ਪੈਸੇ ਬੜੇ ਦੇਣੇ ਆ ਹੋ ਸਕਦਾ ਨਹੀਂ ਆਪ ਚਲਾਤੀ ਵੇ ਡਰਾਉਣ ਦੇ ਮਾਰੇ ਨੇ ਲੋਕਾਂ ਨੂੰ ਧਮਕੀ ਦੇਣ ਦੇ ਮਾਰੇ ਨੇ ਮੈਨੂੰ ਬੜੀਆਂ ਧਮਕੀਆਂ ਦਿੰਦਾ ਕਿਹਦੇ ਕਿਹਦੇ ਪੈਸੇ ਦੇਣੇ ਆ ਇਹਨੇ ਸਾਰੇ ਪਿੰਡ ਦੇ ਦੇਣੇ ਆ ਬਹੁਤ ਮੋਟੇ ਮੋਟੇ ਘਰ ਮੁੰਨੇ ਆ ਲਾਗੋ ਲਾਗੋ ਸਾਰੇ ਪਿੰਡ ਦੇ ਲਾਗੋ ਲਾਗੇ ਲਾਗਲੇ ਪਿੰਡ ਵੀ ਮੁੰਨੇ ਆ ਭੈਣਾਂ ਵੀ ਇਹਨੇ ਭੈਣ ਇੱਕ ਦੇ ਤੇ ਬਿਲਕੁਲ ਦੇਣੇ ਰੌਣ ਜਾਣੀ ਨਹੀਂ ਹੈਗਾ ਮਾਂ ਮਰੀ ਤੋਂ ਵੀ ਨਹੀਂ ਆਈ ਪਿਓ ਮਰੀ ਤੋਂ ਵੀ ਨਹੀਂ ਆਈ ਉਹ ਪਰੋਣਾ ਸਾਡੇ ਘਰ ਹੁੰਦਾ ਤੇ ਉਹਦਾ ਕਰਕੇ ਮੇਰੇ ਨਾਲ ਜ਼ਿਆਦਾ ਲੱਗਣ ਦੇ ਪਿਆ ਪੈਸੇ ਇਹਨੇ ਕਿੱਥੋਂ ਆਏ ਮੇਰਾ ਘਰ ਵਾਲਾ ਪੁਲਿਸ ਵਿੱਚ ਨੌਕਰੀ ਕਰਦਾ ਸੀ ਮੁਲਾਜ਼ਮ ਸੀ ਤੇ ਉਹ ਰਟੌਲੀ ਮੁਕਾਬਲੇ 'ਚ 45 ਘੰਟੇ ਮਾਰਿਆ ਗਿਆ ਦੇਸ਼ ਦੀ ਰਾਖੀ ਕਰਦਾ ਸ਼ਹੀਦ ਹੋ ਗਿਆ ਅੱਤਵਾਦੀਆਂ ਨੇ ਮਾਰਤਾ ਉਹਦਾ ਮੈਨੂੰ ਪੈਸਾ ਮਿਲਿਆ ਕੁਛ ਮੈਂ ਆਪਣਿਆ ਪੂੰਜੀ ਪੂੰਜੀ ਜੋੜ ਕੇ ਵੇਚ ਕੇ ਅਤੇ ਆਪਣੇ ਪਿਓ ਦੇ ਘਰ ਆ ਗਈ ਤਾਂ ਉੱਥੇ ਸਭ ਕੁਛ ਵੇਚ ਵੱਟ ਕੇ ਆ ਗਈ ਅਤੇ ਇਹਨਾਂ ਨੇ ਵਿਆਜ ਇਹਨਾਂ ਨੇ ਮੈਨੂੰ ਲਾਲਚ ਦੇ ਦਿੱਤੀ ਤੈਨੂੰ ਵਿਆਜ ਦੇ ਦਾਂਗੇ ਅਤੇ ਇਹਨਾਂ ਨੂੰ ਦੇ ਤਾ ਇੱਥੇ ਆਣ ਕੇ ਚਵੀਆਂ ਕਿੱਲਿਆਂ ਦਾ ਠੇਕਾ ਵੀ ਦੇਣਾ ਸ਼ੁਰੂ ਕਰ ਦਿੱਤਾ ਵੀ ਤੇਰੀ ਮੇਰੀ ਰਕਮ ਬਚ ਜੂ ਮੇਰੇ ਬੱਚੇ ਪਲ ਜਾਣਗੇ ਅਤੇ ਮੈਨੂੰ ਮੇਰੇ ਨਾਲ ਲਾਲਚ ਚਲੇ ਗਏ ਪੈਲੀ ਵਾਹੀ ਗਈ ਜਿਹੜੀ ਮੈਂ ਤਨਖਾਹ ਪੈਨਸ਼ਨ ਲਿਆਉਂਦੀ ਹਾਂ ਜਿਹੜਾ ਮੈਂ ਭਰਾਵਾਂ ਦਾ ਠੇਕਾ ਲੈਣੀ ਉਹ ਵੀ ਦੇਈ ਅਤੇ ਮੈਂ ਆਖਿਆ ਪੈਸੇ ਬਣ ਜਾਣਗੇ ਮੈਨੂੰ ਨਹੀਂ ਪਤਾ ਇਹਨਾਂ ਮੇਰੇ ਨਾਲ ਇੱਡਾ ਧੋਖਾ ਕਰ ਦੇਣਾ ਜੇ ਮੈਂ ਪੁਲਿਸ ਕੋਲ ਜਾਂਦੀ ਹਾਂ ਤਾਂ ਉੱਥੇ ਜਾ ਕੇ ਗਵਾਹੀਆਂ ਦੇ ਦਿੰਦੀ ਆ ਸਾਨੂੰ ਝੂਠ ਮਾਰਦੀ ਆ ਕੀ ਕਰਦੇ ਸੀ ਬਦਮਾਸ਼ੀ ਕਰਦੇ ਆ ਬਹੁਤ ਬਹੁਤ ਬਦਮਾਸ਼ੀ ਇਹਨਾਂ 'ਚ ਇਹਨਾਂ ਲਾਗੇ ਲਾਗੇ ਕਿਸੇ ਦਾ ਪੈਸਾ ਰਹਿਣ ਹੀ ਨਹੀਂ ਦਿੱਤਾ ਸਾਰੇ ਲੋਕ ਵਿਹਲੇ ਕਰ ਦਿੱਤੇ ਆ ਇਹਨਾਂ ਰੋਜ਼ ਲੋਕ ਮਾਰਨ ਆਉਂਦੇ ਆ ਕੋਈ ਇਹਨਾਂ ਨੂੰ ਢੀਮਾ ਮਾਰ ਕੇ ਜਾਂਦਾ ਕੋਈ ਇਹਨਾਂ ਨੂੰ ਡਾਂਗਾਂ ਨਾਲ ਕੁੱਟ ਕੇ ਜਾਂਦਾ ਕੀ ਨਾਂ ਆਪਣਾ ਤੇ ਕੀ ਗੱਲਬਾਤ ਹੋਈ ਹੈ ਜਿਹੜੀ ਗੱਲਬਾਤ ਜੀ ਮੇਰਾ ਨਾਮ ਤਪਗੌਰ ਸਿੰਘ ਆ ਸਾਬਕਾ ਸਰਪੰਚ ਸੰਗਪੁਰ ਅੱਛਾ ਕੱਲ 29 ਤਰੀਕ 5:00 ਵਜੇ ਸੀਗੇ ਉਹ ਅਸੀਂ ਸਾਰੇ ਘਰ ਦੇ ਆਮ ਬੈਠੇ ਸੀਗੇ ਬਾਹਰੋਂ ਆਣ ਕੇ ਬੰਦੇ ਗੋਲੀਆਂ ਮਾਰਨ ਲੱਗ ਪਏ ਆ ਪਿਛਲੇ ਬਾਰੀਆਂ ਦੇ ਵਜੇ ਗੋਲੀਆਂ ਪਿਛਲੇ ਬਾਹਰ ਲੱਗ ਪਏ ਵਿੱਚ ਉਹਨਾਂ ਨੇ 2 ਫਾਇਰ ਤੇ ਮਾਰੇ ਆਪਣੇ ਬਾਰੀਆਂ ਦੇ ਵਿੱਚ ਅਤੇ ਜਦੋਂ ਮੁੜ ਕੇ ਭੱਜੇ ਆ ਜਦੋਂ ਅਸੀਂ ਰੌਲਾ ਪਾ ਕੇ ਬੰਦੇ ਇਕੱਠੇ ਹੋ ਗਏ ਅਤੇ ਉਹ ਫਿਰ ਫਾਇਰਾਂ ਫਾਇਰ ਕਰਦੇ ਭੱਜੇ ਆ ਸਾਨੂੰ ਤੁਸੀਂ ਬਹਿ ਕੇ ਭੱਜ ਗਏ ਗੋਲੀਆਂ ਚਲਵਾਈਆਂ ਆ ਕੋਈ ਇਹੋ ਜਿਹਾ ਵੀ ਕੋਈ ਗੱਲਬਾਤ ਹੈ ਬਿਲਕੁਲ ਸਾਹਮਣੇ ਆਈ ਨਹੀਂ ਕੋਈ ਹੋਵੇ ਕੋਈ ਵੀ ਜੁੰਮਵਾਰ ਕਿਉਂਕਿ ਕੋਈ ਆਪਣੇ ਆਪ ਹੋ ਜਾਵੇ ਤੇ ਬਿਲਕੁਲ ਸਜ਼ਾ ਦਾ ਕਰਾਰ ਜੀ ਤੁਸੀਂ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਅਸੀਂ ਬੇਨਤੀ ਕਰਦੇ ਜੀ ਜਾਂਚ ਕਰੋ ਕਿ ਪਤਾ ਲੱਗੇ ਕੌਣ ਹੈ ਕਿਹਨਾਂ ਬੰਦਿਆਂ ਨੇ ਇਹ ਜਿਹੜੀ ਸਰਕਾਰ ਵਾਲੀ ਕੀਤੀ ਹੈ ਇਹ ਕੱਲ੍ਹ ਨਵੀਂ ਕਰ ਸਕਦੇ ਜਾਂ ਸਾਨੂੰ ਜਾਣਦੇ ਹੋ ਇੰਨਾ ਤਕੜਾ ਹੋਇਆ ਜੀ ਅਸੀਂ ਆਪ ਕੀਤੀ ਹੈ ਅਸੀਂ ਮਰਜੋ ਆਵਾਂਗੇ ਦੇਖੋ ਜੀ ਜੋ ਵੀ ਘਟਨਾ ਵਾਪਰੀ ਆ ਬੜੀ ਮੰਦਭਾਗੀ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਪਿੰਡਾਂ ਦੇ ਵਿੱਚ ਜਾਂ ਸਮਾਜ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਜਿਹੜੀ ਇਹਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ ਮੈਨੂੰ ਨਹੀਂ ਕੋਈ ਲੱਗਦਾ ਇਹੋ ਜਿਹੀ ਗੱਲ ਕੋਈ ਸਿਆਸੀ ਵਾਲੀ ਗੱਲ ਹੋਵੇ ਹੁਣ ਕੀ ਇਹਦਾ ਕਾਰਨ ਆ ਇਹਨਾਂ ਦਾ ਕਿਸੇ ਨਾਲ ਕੋਈ ਵਾਧਾ ਘਾਟਾ ਹੋਇਆ ਜਾਂ ਕੀ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਇਹ ਸਿਆਸਤ ਤੋਂ ਪ੍ਰੇਰਿਤ ਨਹੀਂ ਹੈਗੀ ਮੈਂ ਇਹਦੇ ਪ੍ਰਸ਼ਾਸਨ ਨੂੰ ਇਹਦੇ ਬਾਰੇ ਇਹੀ ਬੇਨਤੀ ਕਰੂੰਗਾ ਕਿ ਇਹਦਾ ਬਿਲਕੁਲ ਕਲੀਅਰ ਕਰਕੇ ਜਿਹੜਾ ਵੀ ਕੋਈ ਦੋਸ਼ੀ ਆ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਮਾਮਲਾ ਹੈਗਾ ਜੀ ਮਾਮਲਾ ਇਸ ਤਰ੍ਹਾਂ ਜੀ ਪਿੰਡ ਸੰਗਤਪੁਰ ਦੇ ਵਿੱਚ ਸ਼ਾਮੀ 5 ਵਜੇ ਦੇ ਕਰੀਬ ਅੱਜ ਸ਼ਾਮੀ 5 ਵਜੇ ਦੇ ਕਰੀਬ ਜਿਹੜੀ ਆ ਉਹ ਗੋਲੀ ਚੱਲੀ ਹੈ ਗੋਲੀ ਚੱਲਣ ਦੇ ਬਾਵਜੂਦ ਮੌਕੇ 'ਤੇ ਪਹੁੰਚੇ ਆ ਮੌਕੇ 'ਤੇ ਪਹੁੰਚ ਕੇ ਉੱਥੇ ਤਫਤੀਸ਼ ਕੀਤੀ ਗਈ ਆ ਅਤੇ ਉੱਥੇ ਉਹਨਾਂ ਨੇ ਮਾਮਲਾ ਉੱਥੇ ਉਹਨਾਂ ਨੇ ਆਪਣੀ ਦਰਜ ਕਰਾਇਆ ਵਾ ਕਿ ਵੀ 4:30 ਕਰਮਸ਼ਾ ਦੇ ਵਿਅਕਤੀ ਆਏ ਆ ਉਹਨਾਂ ਨੇ ਗੋਲੀ ਵਜਾਈ ਕਿਸੇ ਵੀ ਬੰਦੇ ਨੂੰ ਉਹਨਾਂ ਨੇ ਪਛਾਣ ਨਹੀਂ ਕੀਤਾ ਨਹੀਂ ਕੋਈ ਆਪਸੀ ਰੰਜਿਸ਼ ਨਹੀਂ ਹੈ ਇਹ ਇਸ ਸੰਬੰਧੀ ਅਜੇ ਤੱਕ ਕੋਈ ਵੀ ਤੱਥ ਸਾਹਮਣੇ ਨਹੀਂ ਆਏ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਜੀ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਦਰਜ ਕੀਤੇ ਕਰਕੇ ਤਫਤੀਸ਼ ਜਾਰੀ ਹੈ